ਉਮੜ ਕੇ ਇੱਕ ਤੋਂ ਇੱਕ ਵੱਧ ਕੇ ਪਹੁੰਚ ਰਹੇ ਆ ਕਿ ਜਿਨ੍ਹਾਂ ਨੂੰ ਇਹ ਬਹੁਤ ਖੁਸ਼ੀ ਹੈ ਕਿ ਸਾਡੇ ਮਾਣਯੋਗ CM ਸਾਹਿਬ ਭਗਵੰਤ ਸਿੰਘ ਮਾਨ ਨੇ ਲੁਧਿਆਣੇ ਨੂੰ ਬਹੁਤ ਵਧੀਆ ਪਹਿਲੀ ਵਾਰੀ ਕੈਂਡੀਡੇਟ ਮਿਲਿਆ ਔਰ ਜਿਹੜਾ ਲੁਧਿਆਣੇ ਦਾ ਹੀ ਰਹਿਣ ਵਾਲਾ ਵਾਸੀ ਹੈ ਅਸ਼ੋਕ ਕੁਮਾਰ ਪ੍ਰੈਸ਼ਰ ਪੱਪੀ ਜੀ ਔਰ ਸਾਡੇ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਸਾਨੂੰ ਈਸਟ ਹਲਕੇ ਦੇ ਮਾਨ ਹੈ ਔਰ ਜਿਹੜੇ ਈਸਟ ਹਲਕੇ ਦੇ ਵਿੱਚ ਹੀ ਰਹਿੰਦੇ ਹੈ ਨਹੀਂ ਤਾਂ ਆਹ ਰਵਾਇਤੀ ਪਾਰਟੀਆਂ MLA ਦਿੰਦੇ ਸੀਗੇ ਉਹ ਜੀ ਕੋਈ ਫਿਰੋਜ਼ਪੁਰ ਰੋਡ 'ਤੇ ਰਹਿੰਦਾ ਜੀ ਕੋਈ ਕਿਤੇ ਰਹਿੰਦਾ ਇੱਦਾਂ ਦੇ ਆ ਕੇ ਉਹਨਾਂ ਨੂੰ ਮਿਲਣਾ ਸਾਨੂੰ ਔਖਾ ਹੁੰਦਾ ਸੀ ਅੱਜ ਸਾਡਾ MP ਵੀ ਸਾਡੇ ਲੁਧਿਆਣੇ ਦਾ ਔਰ ਸਾਡਾ ਈਸਟ ਦਾ MLA ਵੀ ਸਾਡੇ ਟਿੱਬਾ ਰੋਡ ਦਾ ਸਾਨੂੰ ਇਸ ਚੀਜ਼ ਦਾ ਬੜਾ ਮਾਣ ਹੈ ਕਿ ਜਿਹੜੇ ਹੁੰਮਾ ਕੇ ਆਹ ਜਿਹੜੇ ਤੁਸੀਂ ਦੇਖ ਰਹੇ ਹੋ ਯੂਥ ਨੂੰ ਬਹੁਤ ਹੀ ਜ਼ਿਆਦਾ ਚਾਹ ਚੜ੍ਹਿਆ 1 ਤਰੀਕ ਨੂੰ ਇਹਨਾਂ ਨੇ ਚੀਕਾਂ ਕਢਾਉਣੀਆਂ ਜੀ 1 ਨੰਬਰ ਬਟਨ ਦਬਾ ਕੇ ਉਹ ਸਾਡੇ ਵੱਡੇ ਭਰਾ ਸਰਦਾਰ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਉਹ ਸਾਡੇ ਸਿਰ ਤੇ ਉਹਨਾਂ ਦਾ ਹੱਥ ਹੈ ਔਰ ਸਾਨੂੰ ਉਹਨਾਂ ਨੇ ਆਸ਼ੀਰਵਾਦ ਦਿੱਤਾ ਔਰ ਦੱਬ ਕੇ ਲੱਗੇ ਆ ਜਿੰਨਾ ਸਾਡੇ ਕੋਲੋਂ ਹੁੰਦਾ ਸੀ ਰੱਜ ਕੇ ਯੂਥ ਅੱਜ ਇਕੱਠਾ ਹੋ ਕੇ ਜਾ ਰਹੇ ਆ ਇਹ ਅਸੀਂ ਜਾ ਰਹੇ ਜੀ ਦਾਣਾ ਮੰਡੀ ਤੋਂ ਪੂਰਾ ਰੋਡ ਸ਼ੋ ਕੱਢਦੇ ਹੋਏ ਸੁਭਾਸ਼ ਨਗਰ ਵਗੈਰਾ ਕਲਾਸ਼ ਨਗਰ ਕਾਲੀ ਸੜਕ ਤੋਂ ਸਾਰਾ ਹੁੰਦੇ ਹੋਏ ਅਸੀਂ ਟਾਈਮਿੰਗ ਦੇਖੋ ਜੀ ਲੇਟ ਤਾਂ ਹੋ ਰਹੀ ਹੈ ਕਿਉਂਕਿ ਹਰ ਮੁੰਡਾ ਥੋੜਾ ਬਿਜ਼ੀ ਆ ਔਰ ਇੱਕ ਚੀਜ਼ ਦੇਖੋ ਤੁਸੀਂ ਵਰਕਿੰਗ ਡੇ ਆ ਵਰਕਿੰਗ ਡੇ ਤੋਂ ਹੋਣ ਤੋਂ ਇਲਾਵਾ ਵੀ ਇੰਨਾ ਮੁੰਡਾ ਆਪਣੇ ਨਾਲ ਆਇਆ ਜਿਹੜੇ ਛੁੱਟੀਆਂ ਕਰਕੇ ਆਏ ਆ ਦੁਕਾਨ ਤੇ ਹਾਫੜੇ ਲਾ ਕੇ ਆਏ ਆ ਹਰ ਜਗ੍ਹਾ ਆਏ ਆ ਪਰ ਯੂਥ ਨੂੰ ਇੱਕ ਚਾਹ ਚੜਿਆ ਹੋਇਆ ਲੱਗਦਾ ਵੀ ਜਿੱਦਾਂ ਇਹ ਬਾਜੀ ਯੂਥ ਦਾ ਕੱਟ ਦੇਖਣ ਨੂੰ ਮਿਲ ਰਿਹਾ ਵੱਡੀ ਲੀਗ ਨਾਲ ਲੈ ਕੇ ਜਾਵਾਂਗੇ ਮੈਂ ਕਿਹਾ ਜੀ ਜਿੱਤ ਸਾਡੀ ਪੱਕੀ ਹੈ ਇੱਕ ਐਲਾਨ ਹੋਣਾ ਜੀ 4 ਤਰੀਕ ਨੂੰ ਇਹ ਪੱਕਾ ਹੋ ਜਾਣਾ